फ्रेंड्स सारियां नूं सत श्री अकाल। ਤੇ ਹੁਣ ਮੈਂ ਅੱਜ ਤੁਹਾਨੂੰ ਆਹ ਵਾਲੇ ਵਲੌਗ 'ਚ ਦਿਖਾਵਾਂਗੀ ਕਿ ਮੈਂ ਵੀਡੀਓ ਰੀਲਸ ਬਣਾਉਣ ਲੱਗੀ ਹਾਂ। ਹੁਣ ਇਸ ਟਾਈਮ 4 ਵੱਜ ਚੁੱਕੇ ਨੇ ਅਤੇ ਮੈਂ ਰੀਲਸ ਬਣਾਉਣ ਲੱਗੀ ਹਾਂ ਇੰਸਟਾਗ੍ਰਾਮ 'ਤੇ। ਅਤੇ ਮੈਂ ਦਿਖਾਉਂਦੀ ਹਾਂ ਤੁਹਾਨੂੰ ਮੈਂ ਕਿਹੜੀ ਆਊਟਫਿਟ ਪਹਿਨੂੰ। ਅਤੇ ਗਾਈਜ਼ ਆਏ ਮੇਰੀ ਆਊਟਫਿਟ ਅਤੇ ਇਹਦੇ ਨਾਲ ਪਲਾਜ਼ੋ ਏ ਬਹੁਤ ਸੋਹਣਾ ਸੂਟ ਲੱਗਿਆ ਮੈਨੂੰ, ਮੈਂ ਪਾ ਕੇ ਦਿਖਾਉਂਦੀ ਹਾਂ ਤੁਹਾਨੂੰ। ਅਤੇ ਮੈਂ ਗਾਈਸ ਆਊਟਫਿਟ ਪਾ ਲਈ ਹੈ, ਦੇਖੋ। ਅਤੇ ਹੁਣ ਇਹਦੇ ਨਾਲ ਦੀ ਚੁੰਨੀ ਹੈਗੀ ਨਹੀਂ ਗੀ ਮੇਰੇ ਕੋਲ, ਇਹਦੇ ਨਾਲ ਦੀ ਲਿਆਈ ਨਹੀਂ ਸੀ ਅਸੀਂ ਚੁੰਨੀ, ਅਤੇ ਮੈਂ ਹੁਣ ਦੀਦੀ ਤੋਂ ਲੈਣ ਚੱਲੀ ਹਾਂ ਫੁਲਕਾਰੀ, ਅਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ। ਅਤੇ ਮੈਂ ਹੁਣ ਚੱਲੀ ਹਾਂ ਮਾਸੀ ਦੇ ਘਰ ਦੀਦੀ ਤੋਂ ਫੁਲਕਾਰੀ ਮੰਗਣ, ਲੈਣ ਮਤਲਬ। ਦੀਦੀ ਫੁਲਕਾਰੀ ਦਿਓ। ਹਾਂਜੀ ਪੁੱਤ, ਫੁਲਕਾਰੀ ਤੂੰ ਵੀਡੀਓ ਬਣਾ ਰਿਹਾ ਮੇਰੀ, ਚੱਲ ਦਿੰਦੀ ਆ। ਤੇ ਆ ਮੇਰੀ ਮਾਸੀ, ਕਰਦਾ ਮੇਰਾ ਬੱਚਾ ਵੀਰਾ, ਆ ਵੀ ਵੀਰੇ ਤੇ ਮਾਸੜ। ਇਹ ਵਾਲੀ ਚਾਹੀਦੀ ਸੀ। ਹਾਂਜੀ, ਥੈਂਕ ਯੂ, ਵੈਲਕਮ ਬੱਚੇ। ਮੈਂ ਗਾਈਜ਼ ਲਈ ਹੈ ਬੀਬੀ ਕਰੀਮ, ਲਿਪਸਟਿਕ, ਕਾਜਲ, ਆਈਲਾਈਨਰ, ਮਸਕਾਰਾ ਅਤੇ ਬਿੰਦੀ। ਅਤੇ ਮੈਂ ਹੁਣ ਤਿਆਰ ਹੋਣ ਲੱਗੀ ਹਾਂ, ਮੇਕਅਪ ਕਰਨ ਲੱਗੀ ਹਾਂ। ਹੁਣ ਕੀ ਕਰਨ ਲੱਗੇ ਮੈਮ ਤੁਸੀਂ? ਮੇਕਅਪ। ਮੇਕਅਪ ਲਈ ਸਿਰਫ ਇਹ ਜਸਟ ਬੀਬੀ ਕਰੀਮ ਯੂਜ਼ ਕਰਦੀ ਹੈ, ਕਿਉਂਕਿ ਹਜੇ ਇਹਦੀ ਸਕਿੰਨ ਇੰਨੀ ਜ਼ਿਆਦਾ ਉਹ ਨਹੀਂ ਹੈਗੀ, ਕਿ ਸਕਿੰਨ ਹਜੇ ਇਹਦੀ ਬੱਚਿਆਂ ਵਾਲੀ ਆ, ਸੈਂਸਿਟਿਵ ਆ, ਤਾਂ ਕਰਕੇ ਜਸਟ ਪੌਂਡਸ ਕਰੀਮ ਹੀ ਯੂਜ਼ ਕਰਦੀ ਹੈ, ਕੋਈ ਫਾਊਂਡੇਸ਼ਨ ਵਗੈਰਾ ਕੁਛ ਨਹੀਂ ਅਪਲਾਈ ਕਰਨਾ। ਕਿਉਂਕਿ ਮੈਂ ਅੱਗੇ ਸੋਹਣੀ ਹੈ ਇਸ ਲਈ ਹੋਰ ਨਜ਼ਰ ਨਹੀਂ ਲਵਾਉਣੀ ਆਪਾਂ, ਇਗਨੋਰ ਕਰੋ ਇਹ ਸਭ ਚੀਜ਼ਾਂ। ਨਹੀਂ, ਇਹੀ ਤਾਂ ਮੇਨ ਚੀਜ਼ਾਂ ਨੇ। ਚੰਗੀ ਤਰ੍ਹਾਂ ਹੁਣ ਇਹਨੂੰ ਡੈਪ ਟੈਪ ਕਰ ਲਾ ਆਪਣੇ ਫੇਸ 'ਤੇ, ਆਪਣੇ ਹੱਥਾਂ ਨਾਲ ਹੀ ਡੈਪ ਕਰ ਲਈ। ਪਰ ਗਾਈਜ਼ ਇੱਕ ਗੱਲ ਤਾਂ ਹੈਗੀ ਆ, ਇਹ ਮੇਕਅਪ ਤਾਂ ਸੋਹਣਾ ਕਰ ਲੈਂਦੀ ਆ। ਇੰਨੀ ਨੌਲੇਜ ਤਾਂ ਮੈਨੂੰ ਵੀ ਨਹੀਂ ਮੇਕਅਪ ਦੀ ਹੋਈ, ਮੈਂ ਇਹ ਤੋਂ ਇੰਨੀ ਵੱਡੀ ਹਾਂ, ਪਰ ਮੈਨੂੰ ਇੰਨੀ ਨੌਲੇਜ ਇਹ ਸਭ ਚੀਜ਼ਾਂ ਦੀ ਬਿਲਕੁਲ ਨਹੀਂ ਹੈਗੀ। ਫਿਰ ਮੈਂ ਤੁਸੀਂ ਹਾਂ, ਇਹ ਤਾਂ ਹੈ, ਫਰਕ ਤਾਂ ਹੈ। ਅੱਜ ਕੱਲ੍ਹ ਦੇ ਜਵਾਕਾਂ ਨੂੰ ਵੈਸੇ ਵੀ ਬਹੁਤ ਨੌਲੇਜ ਆ। ਓਕੇ, ਹੁਣ ਕੀ ਕਰ ਰਹੇ ਹੋ ਮੈਮ? ਕੱਜਲ ਅਪਲਾਈ ਕਰ ਰਹੇ ਨੇ, ਅੱਖ ਨਾ ਕੱਢ ਲਿਓ। ਤੇ ਅੱਜ ਵੀਡੀਓਜ਼ ਕਿੰਨੀਆਂ ਬਣਾਉਣੀਆਂ ਨੇ? ਬਸ 10 ਕੁ। 10 ਕੁ ਵੀਡੀਓਜ਼ ਘੱਟ ਨਹੀਂ ਗੀਆਂ? 5-6 ਵੀਡੀਓ ਕੀ ਆਊਟਫਿਟ ਚ, 5-6 ਵੀਡੀਓ ਬਣਾਵਾਂਗੇ ਇੱਕ ਆਊਟਫਿਟ ਚ। ਤੇ ਗਾਇਸ ਤੁਸੀਂ ਇੱਕ ਕਮੈਂਟਾਂ 'ਚ ਦੱਸਿਓ ਵੀ ਤੁਹਾਨੂੰ ਵੀਡੀਓ ਕਿਸ ਟਾਈਮ 'ਤੇ ਚਾਹੀਦੀ ਆ, ਮਤਲਬ ਕਿਸ ਟਾਈਮ 'ਤੇ ਤੁਸੀਂ ਐਕਟਿਵ ਹੁੰਦੇ ਹੋ। ਜੇ ਤੁਸੀਂ ਇਹ ਯੂਟਿਊਬ ਵੀਡੀਓ ਨੂੰ ਪਸੰਦ ਕੀਤਾ, ਪਿਆਰ ਦਿੱਤਾ, ਤਾਂ ਅੱਗੇ ਆਪਾਂ ਹੋਰ ਵੀ ਬਹੁਤ ਯੂਟਿਊਬ ਵੀਡੀਓਜ਼ ਲੈ ਕੇ ਆਵਾਂਗੇ, ਡਿਫਰੈਂਟ ਡਿਫਰੈਂਟ ਟਾਈਪਸ ਦੀਆਂ। ਆਪਾਂ ਪ੍ਰਭ ਦੀ ਸੂਟ ਕਲੈਕਸ਼ਨ ਵੀ ਤੁਹਾਨੂੰ ਸ਼ੋਅ ਕਰਾਂਗੇ, ਜਿੰਨੇ ਵੀ ਇਹਦੇ ਸੂਟਸ ਨੇ ਸਾਰਿਆਂ ਦੀ ਕਲੈਕਸ਼ਨ ਤੁਹਾਨੂੰ ਸ਼ੋਅ ਕਰਾਂਗੇ ਜੇ ਤੁਸੀਂ ਇਹ ਵੀਡੀਓ ਨੂੰ ਬਹੁਤ ਪਿਆਰ ਦੇਵੋਗੇ। ਸੋ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ, ਵੱਧ ਤੋਂ ਵੱਧ ਕਰਿਓ। ਓਕੇ ਪ੍ਰਭ, ਹੈ ਨਾ? ਸੋ ਗਾਈਸ, ਮੇਕਅਪ ਕਰ ਰਹੀ ਹੈ, ਆਪਾਂ ਮੇਕਅਪ ਕਰਨ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ, ਅਤੇ ਉਹਨਾਂ ਟਾਈਮ ਲਈ ਤੁਸੀਂ ਵਲੌਗ 'ਚ ਬਣੇ ਰਹੋ। ਸੋ ਮਿਲਦੇ ਹਾਂ ਤੁਹਾਨੂੰ ਮੇਕਅਪ ਕਰਕੇ। ਆਰ ਯੂ ਰੈਡੀ ਪ੍ਰਭ? ਯੈਸ, ਬਟ ਜੁੱਤੀ ਹੁਣ ਇੱਥੋਂ ਜੁੱਤੀ ਫਾਈਂਡ ਆਊਟ ਕਰਨਾ ਕਿੱਡਾ ਵੱਡਾ ਟਾਸਕ ਹੈ, ਬਹੁਤ ਲਾ ਰਹਾ ਹੈ, ਬਟ ਟਰਾਈ ਕਰਦੇ ਹਾਂ ਕਿ ਸਾਨੂੰ ਮਿਲ ਜੇ। ਉਹ ਫਲਾਵਰਸ ਵਾਲੀ ਲਵਾਂਗੀ। ਕਿਹੜੀ ਫਲਾਵਰ? ਪੰਜਾਬੀ ਜੁੱਤੀ ਫਲਾਵਰਸ, ਕਲਰਫੁਲ ਫਲਾਵਰਸ। ਉਹ ਕਲਰਫੁਲ ਵਾਲੀ ਬਹੁਤ ਵਾਰ ਪਾ ਲਈ, ਇਸ ਲਈ ਆਪਾਂ ਆਹ ਵਾਲੀ ਪਾ ਲੈਂਦੇ ਹਾਂ। ਹੱਥ ਨਾ ਨਹੀਂ ਤੇ ਜੁੱਤੀ ਹੱਥ ਨਹੀਂ, ਹੱਥ ਲਾ ਕੇ ਨਹੀਂ ਨਿਕਲਣੀ ਹੈਗੀ, ਹੈ ਨਾ? ਵਾਓ ਗਾਈਜ਼, ਸੁਣੋ ਇਹਦੇ ਗਿਆਨ। ਅਲ ਮੈਂ ਹੈਂਡ ਵਾਸ਼ ਕਰ ਲੂੰਗੀ, ਨਹੀਂ ਮੈਂ ਇੱਕ ਹੱਥ ਆ ਰੱਖਿਆ, ਮੈਂ ਇੱਕ ਹੱਥ ਨਾਲ। ਸੋ ਆਊਟਲੁੱਕ ਦਿਖਾ ਦਿਓ ਆਪਣੀ ਮੈਮ।
ਆਣਾ ਪਿੱਛੇ ਤੇ ਨਿਕਲ ਜਾਂਦੀ ਤਾਂ ਆਣੀ ਮੈਂ ਪਾਉਂਦੀ ਆ ਨਹੀਂ ਨਿਕਲਦੀ ਤੇ ਮੇਰੇ ਹੇਅਰਸ ਤੇ ਥੋੜਾ ਥੋੜਾ ਆਇਲ ਲੱਗਾ ਹੋਇਆ ਕਿਉਂਕਿ ਮੈਂ ਰਾਤ ਆਇਲਿੰਗ ਕਰਕੇ ਸੁੱਤੀ ਸੀ ਤੇ ਸਵੇਰੇ ਧੋਤਾ ਬਟ ਚੰਗੀ ਤਰ੍ਹਾਂ ਧੁੱਪਿਆ ਕੋਈ ਨਹੀਂ ਮੰਮੀ ਨੇ ਕਿਉਂਕਿ ਨਹੀਂ ਸੀ ਧੋਤਾ ਮੈਂ ਆਪ ਹੀ ਪੰਗੇ ਲੈ ਰਹੀ ਸੀ ਫਿਰ ਪੰਗੇ ਲੈਂਗੀ ਤੇ ਐਵੇਂ ਹੋਊਗਾ ਸੋ ਹੁਣ ਆਪਾਂ ਚੱਲਦੇ ਹਾਂ ਕੋਠੇ ਤੇ ਆ ਜਾ ਪ੍ਰਭ ਹੱਥ ਧੋ ਹਾਂ ਮੈਂ ਹੈਂਡ ਵਾਸ਼ ਕਰ ਲਾਂ ਸਿੰਪਲ ਨਹੀਂ ਉਹਨੇ ਤੇ ਤੂੰ ਫੋਨ ਕਰ ਸਾਡਾ ਪਿੰਡ ਵਾਲਾ ਵਿਊ ਸਭ ਤੋਂ ਜ਼ਿਆਦਾ ਪ੍ਰਭ ਦੀਆਂ ਵੀਡੀਓਜ਼ ਸ਼ੂਟ ਹੁੰਦੀਆਂ ਨੇ ਇੱਥੇ ਹੀ ਕਰਦੀਆਂ ਸੋ ਗਾਇਜ਼ ਹੁਣ ਅਸੀਂ ਵੀਡੀਓਜ਼ ਬਣਾ ਲਈਏ ਤਾਂ ਹੁਣ ਤੁਹਾਨੂੰ ਅਸੀਂ ਵੀਡੀਓਜ਼ ਬਣਾਉਣ ਤੋਂ ਬਾਅਦ ਮਿਲਦੇ ਹਾਂ ਸੋ ਬਾਏ ਕਰਦੇ ਇਹਨਾਂ ਨੂੰ ਸਾਰਿਆਂ ਨੂੰ ਬਾਏ 2000 ਯੀਅਰਸ ਲੇਟਰ ਸੋ ਗਾਇਜ਼ ਹੁਣ ਵੀਡੀਓਜ਼ ਸ਼ੂਟ ਸਾਡੀਆਂ ਹੋ ਚੁੱਕੀਆਂ ਨੇ ਤੇ ਬਹੁਤ ਵਾਰੀ ਖਰਾਬ ਵੀ ਹੋ ਗਿਆ ਸੀ ਵੀਡੀਓਜ਼ ਬਲੋਪਰ ਵੀਡੀਓ ਤਾਂ ਸਾਡਾ ਪੱਕਾ ਹੀ ਹੁੰਦਾ ਵੀ ਬਲੋਪਰ ਵੀਡੀਓ ਤਾਂ ਸਾਡੀ ਬਣਨੀ ਹੁੰਦੀ ਕਿਉਂਕਿ ਸਾਡੇ ਨਾਲ ਪੈਰਾ ਬਿਲਕੁਲ ਗਲਤ ਬਿਲਕੁਲ ਹੀ ਗਲਤ ਹਮੇਸ਼ਾ ਐਵੇਂ ਹੁੰਦਾ ਵੀ ਪੈਰਾ ਹਮੇਸ਼ਾ ਗਲਤ ਲੱਗਦਾ ਹੀ ਲੱਗਦਾ ਇੱਕ ਨਾ ਇੱਕ ਵੀਡੀਓ ਜ਼ਰੂਰ ਹੀ ਬਣਨੀ ਹੁੰਦੀ ਹੈ ਸਾਡੀ ਬਲੋਪਰ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੁਣ ਬਾਏ ਕਰਦੇ ਬਾਏ ਸਾਰਿਆਂ ਨੂੰ ਹੁਣ ਤੁਸੀਂ ਜਿਵੇਂ ਇੰਸਟਾ 'ਤੇ ਮੈਨੂੰ ਪਿਆਰ ਦਿੱਤਾ ਉਵੇਂ ਹੀ ਹੁਣ ਯੂਟਿਊਬ 'ਤੇ ਵੀ ਪਿਆਰ ਦਿਓ ਤੁਸੀਂ ਮੈਨੂੰ ਉਵੇਂ ਹੀ ਸੇਮ ਜਿਹਾ ਉਵੇਂ ਮੈਨੂੰ ਸਪੋਰਟ ਕਰੋ ਯੂਟਿਊਬ 'ਤੇ ਵੀ ਤੁਸੀਂ ਬਾਜੀ ਅਤੇ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਬਾਏ ਅਤੇ ਨੈਕਸਟ ਵੀਡੀਓ ਕਹਿ ਜੇ ਤੁਹਾਨੂੰ ਚਾਹੀਦੀ ਹੈ ਤਾਂ ਮੈਂ ਆਪਣੀ ਸੂਟ ਕਲੈਕਸ਼ਨ ਦੀ ਵੀਡੀਓ ਪਾਊਂਗੀ ਜੇ ਤੁਸੀਂ ਇਹ ਵੀਡੀਓ ਨੂੰ ਪਿਆਰ ਦੇਵੋਗੇ ਹਾਂਜੀ ਜੇ ਤੁਸੀਂ ਇਹ ਵੀਡੀਓ ਨੂੰ ਪਿਆਰ ਦੇਵੋਗੇ ਤਾਂ ਮੈਂ ਸੂਟ ਕਲੈਕਸ਼ਨ ਦੀ ਵੀਡੀਓ ਜ਼ਰੂਰ ਪਾਵਾਂਗੀ ਤੁਸੀਂ ਕਮੈਂਟ 'ਚ ਦੱਸਿਓ ਗਾਇਸ ਜੇ ਤੁਹਾਨੂੰ ਇਹਦੀ ਸੂਟ ਕਲੈਕਸ਼ਨ ਦੀ ਵੀਡੀਓ ਚਾਹੀਦੀ ਹੈ ਤਾਂ ਅਸੀਂ ਡੈਫੀਨੇਟਲੀ ਉਹ ਵੀਡੀਓ ਜਲਦੀ ਤੋਂ ਜਲਦੀ ਬਣਾ ਕੇ ਪੋਸਟ ਕਰਾਂਗੇ ਕਿਉਂਕਿ ਮੇਰੇ ਕੋਲ ਬਹੁਤ ਸੂਟ ਹੋ ਗਏ ਨੇ ਵੀਡੀਓਜ਼ ਬਣਾਉਂਦਿਆਂ ਬਣਾਉਂਦਿਆਂ ਵੀ ਤਾਂ ਮੈਂ ਅਤੇ ਜੀਨਸ ਹੀ ਲੈਂਦੀ ਸੀਗੀ ਅੱਗੇ ਹੁਣ ਬਹੁਤ ਸੂਟ ਹੋ ਗਏ ਨੇ ਰੀਲਸ ਕਰਕੇ ਸੋ ਬਾਏ ਗਾਇਜ਼ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ